ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਲਖਤੇ ਜ਼ਿਕਰ ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ, ਬਾਬਾ ਜ਼ੋਰਾਵਰ ਸਿੰਘ ਜੀ, ਬਾਬਾ ਫਤਿਹ ਸਿੰਘ ਜੀ, ਮਾਤਾ ਗੁਜਰ ਕੌਰ ਜੀ ਅਤੇ ਸਮੂਹ ਸ਼ਹੀਦਾਂ ਨੂੰ ਯਾਦ ਕਰਦੇ ਹੋਏ ਅੱਜ ਆਪਾਂ ਸਾਰਿਆਂ ਨੇ ਹਰ ਸਾਲ ਦੀ ਤਰ੍ਹਾਂ ਜੋ ਕਵੀਸ਼ਰੀਆਂ ਢਾਡੀ ਵਾਰਾਂ ਅਤੇ ਗੁਰ ਇਤਿਹਾਸ ਦੀ ਸਾਂਝ ਕਰਨੀ ਹੈ, ਸੋ ਜਿੱਥੇ ਇਹ ਸਮਾਂ ਬਹੁਤ ਹੀ ਵੈਰਾਗਵਾਨ ਸਮਾਂ ਅਤੇ ਮਨ ਵਿੱਚ ਇੱਕ ਐਸੀ ਯਾਦ ਵਸਾ ਦਿੰਦਾ ਹੈ ਜਿਸ ਦੇ ਨਾਲ ਹਰ ਰੂਹ ਕੰਮ ਉੱਠਦੀ ਹੈ ਕਿ ਐਸੀ ਹਾਲਾਤ ਉਸ ਸਮੇਂ ਦੀ ਸੀ ਅਤੇ ਛੋਟੇ ਛੋਟੇ ਸਾਹਿਬਜ਼ਾਦਿਆਂ ਨੂੰ ਕਿਸ ਹਾਲਾਤ ਵਿੱਚ ਰੱਖ ਕੇ ਕਿਵੇਂ ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਕੀ ਉਹਨਾਂ ਨਾਲ ਬੀਤਿਆ, ਇਹ ਸਾਰੀਆਂ ਗੱਲਾਂ ਸੋਚਣ 'ਤੇ ਮਜਬੂਰ ਕਰਦੀਆਂ ਹਨ ਇਨਸਾਨ ਨੂੰ ਕਿ ਕਿਸ ਤਰ੍ਹਾਂ ਦੇ ਜ਼ਾਲਮ ਲੋਕ ਸਨ ਉਸ ਸਮੇਂ, ਕੀ ਬੀਤ ਰਿਹਾ ਸੀ। ਸੋ ਜਿਸ ਤਰ੍ਹਾਂ ਤੁਸੀਂ ਹਰ ਸਾਲ ਬੜੇ ਪ੍ਰੇਮ ਦੇ ਨਾਲ ਜੁੜ ਕੇ ਇਤਿਹਾਸ ਸਰਵਣ ਕਰਦੇ ਹੋ, ਅੱਜ ਵੀ ਤੁਸੀਂ ਪ੍ਰੇਮ ਦਾ ਸਬੂਤ ਦੇਣਾ ਹੈ, ਸ਼ਰਧਾ ਦਾ ਸਬੂਤ ਦੇਣਾ ਹੈ ਅਤੇ ਕਿਸੇ ਨੇ ਵੀ ਗੱਲਾਂ ਕਰਨ ਦੀ ਕੋਸ਼ਿਸ਼ ਨਹੀਂ ਕਰਨੀ। ਆਓ ਆਪਾਂ ਇਸ ਸਮਾਗਮ ਨੂੰ ਆਰੰਭ ਕਰਦੇ ਹੋਏ ਛੋਟੇ ਛੋਟੇ ਪਿਆਰੇ ਪਿਆਰੇ ਬੱਚੇ ਜਿਹੜੇ ਫਸਟ ਕਲਾਸ ਦੇ ਬੱਚੇ ਹਨ, ਇਹਨਾਂ ਨੇ ਕੁਝ ਕੁ ਦਿਨ ਹੋਏ ਹਨ ਜੋ ਮਿਊਜ਼ਿਕ ਕਲਾਸ ਜੁਆਇਨ ਕੀਤੀ ਹੈ, ਇਹਨਾਂ ਪਾਸੋਂ ਆਪਾਂ ਮੂਲ ਮੰਤਰ ਦਾ ਜਾਪ ਆਰੰਭ ਕਰਾ ਕੇ ਸਮਾਗਮ ਆਰੰਭ ਕਰਾਂਗੇ। ਸੋ ਆਓ ਪਿਆਰ ਦੇ ਨਾਲ ਇਹਨਾਂ ਪਾਸੋਂ ਮੂਲ ਮੰਤਰ ਦਾ ਜਾਪ ਸਰਵਣ ਕਰੀਏ ਅਤੇ ਨਾਲ ਦੇ ਨਾਲ ਸਾਰਿਆਂ ਨੇ ਪਿਆਰ ਦੇ ਨਾਲ ਇਹ ਮੂਲ ਮੰਤਰ ਜਪਣਾ ਹੈ ਜੀ। ਪਤੇ ਦੀ ਸਾਂਝ ਕਰੋ, ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰਾ ਨਾਮ
ਛੋਟੇ ਛੋਟੇ ਬੱਚਿਆਂ ਪਾਸੋਂ ਆਪਾਂ ਸ਼ਬਦ ਸਰਵਣ ਕੀਤਾ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ। ਸੋ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ